ਜੇ ਨਦਸ਼ਮੇਸ਼ ਪਿਤਾ ਪਿਤਾ ਦਿੱਲੀਵਾਰ ਦੋਂ ਤੂੰ ਤਿਲਕ ਤੇ ਜੰਜੂ ਦਾਸ ਕਸ ਨੇ ਬਚਾਉਣਾ ਸੀ ਜੇ ਨ ਦਸ਼ਮੇਸ਼ ਪਿਤਾ ਤੂੰ ਵਾਰ ਦੋ ਦੁਲਾਰੇ ਚਾਰ ਮਾਸ਼ੀਵਾੜੇ ਜੰਗਲਾਂ ਚ ਦਸ ਕੀਨੇ ਸੋਣਾ ਸੀ ਜੇ ਨ ਦਸ਼ਮੇਸ਼ ਪਿਤਾ ਤੂੰ ਸਾਜਦੋਂ ਪਿਆਰੇ ਪੰਜ ਕੰਗਾ ਕੜਾ ਗਤਰਾ ਕਸ਼ੈਰਾ ਕੀਨੇ ਪਾਉਣਾ ਸੀ ਮੰਦਰ ਸ਼ਵਾਲੇ ਗੁਰੂ ਧਾਮ ਨਾ ਨજર ਆਉਂਦੇ ਕਦੇ ਵੀ ਸਟੇਜਾਂ ਉੱਤੇ ਸ਼ੈਰਾਂ ਨੇ ਨਾ ਗਾਉਣਾ ਸੀ ਤਨ ਤੂ ਕਲਗੀ ਵਾਲਿਆ ਧੰਨ ਤੁਮਾਰੇ ਚੁਜ ਐਸੇ ਚੁੱਕਿਆ ਕਿਸੇ ਨੇ ਨਹੀਂ ਦੁੱਖਾਂ ਦਾ ਬੋਝ ਜੀਦੇ ਜਨਮੇ ਤੋਂ ਦੇਵਤੇ ਖੁਸ਼ ਹੋਏ ਗਾਏ ਮੰਗਲ ਸੀ ਪਰੀਆਂ ਨੇ ਆਣ ਤਰਤੇ ਭੀਖਣਾ ਸ਼ਾਦ ਕਰਨਾ ਦੀਦਾਰ ਜੀ ਦਾ ਸਣੇ ਚੇਲਿਆਂ ਬਹਿਗੇ ਸੀ ਆਣ ਦਰਤੇ ਜਿਹੜੀ ਜੋਤਨੀ ਦਾਸ ਮਾਤਾਰ ਜਾਮ ਲਾਤਾ ਡੱਬ ਦੀ ਹਿੰਦਾਂ ਨੂੰ ਪਾਰ ਹੈ ਜੀ ਉਸ ਸ਼ਹਾਯ ਸਵਾਰ ਜਰਣਲ ਤਾਈਂ ਹੱਥ ਜੋੜ ਕੇ ਸਾਡੀ ਨਾਮ ਸ਼ਕਾਰ ਹੈ ਜੀ ਜੀ ਦੇ ਜਨਮ ਤੋਂ ਦੇਵਤੇ ਖੁਸ਼ ਹੋਏ ਗਾਏ ਮੰਗਲ ਸੀ ਪਰੀਆਂ ਨੇ ਆਣ ਦਰਤੇ ਭੀਖਣ ਸ਼ਾਦ ਕਰਨ ਦੀਦਾਰ ਜੀ ਦਾ ਸਣੇ ਚੇਲਿਆਂ ਬਹਿ ਗਏ ਸੀ ਆਣ ਦਰਤੇ ਜਿਹੜੀ ਜੋਤ ਨੇ ਦਾਸ ਮਾਤਾਰ ਜਮ ਲਾਤਾ ਡੱਬ ਦੀ ਹੰਦ ਨੂੰ ਪਾਰ ਹੈ ਜੀ ਉਸ ਸ਼ਾਹ ਅਸਵਾਰ ਜਰੜੈਲ ਤਾਈ ਹੱਥ ਜੋੜ ਕੇ ਸਾਡੀ ਨਾਮ ਸ਼ਕਾਰ ਹੈ ਜੀ ਢੀਤੀ ਤਿਰ ਕਮਨ ਦੀ ਖੇਡ ਜੀਨੇ ਖੇਡ ਜੀਨੇ ਹਾਂ ਬਈ ਖੇਡ ਜੀਨੇ ਖੇਡੀ ਤੀਰ ਕਮਾਨਾਂ ਦੀ ਖੇਡ ਜੀਨੇ ਸਾਰ ਪਰ ਨੰਗਾਏ ਸੀ ਗਗਰਾਂ ਚੋਂ ਕੰਗਣ ਦੂਸਰਾ ਸਟਕੇ ਅੱਖੀਆਂ ਸੀ ਇਥੋਂ ਲੱਬ ਲੋ ਮਾਤਾ ਜੀ ਸਾਗਰਾਂ ਚੋਂ ਹੁਣ ਹਾਰ ਬਿਰਵਾ ਕੇ ਪਾਤ ਜਿਕਨੇ ਛੋਟੀ ਉਮਰ ਹੀ ਆਉਂਦਾ ਨਖਾਰ ਹੈ ਜੀ ਉਸ ਸ਼ਾਹ ਅਸਵਾਰ ਜਰਨੈਲ ਤਾਈਂ ਹੱਥ ਜੋੜ ਕੇ ਸਾਡੀ ਨਮਸ਼ਕਾਰ ਹੈ ਜੀ ਜਦੋਂ ਜਲਮੀ ਔਰੰਗੇ ਦੇ ਜੋਰ ਫੜਿਆ ਉੱਚੀ ਕੁੱਲਾਂ ਦੇ ਲੋਕ ਖੁਆਰ ਹੋਏ ਤਿਲਕ ਜੰਜੂ ਦੀਆਂ ਅੱਖਾਂ ਕਰੋ ਸਾਡੀ ਤਲਕ ਜੰਜੂ ਦੀ ਰੱਖਿਆ ਕਰੋ ਸਾਡੀ ਨੌਵੇਂ ਗੁਰਾਂ ਦੇ ਪਾਸ ਲਚਾਰ ਰੋਏ ਜੀਨੇ ਆਖਿਆ ਪਿਤਾ ਜੀ ਸੀਸ ਦੇ ਕੇ ਜੀਨੇ ਆਖਿਆ ਪਿਤਾ ਜੀ ਸੀਸ ਦੇ ਕੇ ਬੇੜਾ ਹਿੰਦ ਦਾ ਲਾਵਣਾ ਪਾਰ ਹੈ ਜੀ ਉਸਾ ਸ਼ਾਹ ਆਸਵਾਰ ਜਰਣਾ ਲਤਾਈ ਹੱਥ ਜੋੜ ਕੇ ਸਾਡੀ ਨਾਮ ਸ਼ਕਾਰ ਹੈ ਜੀ ਸੈਨ ਸ਼ਾਹ ਜਾਵੇਖ ਕੇ ਠਾਠ ਜੀ ਦਾ ਜੋਰਾ ਚਤ ਸਿ ਅੱਖ ਚਰਾਉਣ ਲੱਗੇ ਜੀ ਦੇ ਸੁਣ ਨਗਾਰੇ ਦੀ ਗੂੰਜ ਤਾਈ ਭਾਈ ਧਾਰ ਸੀ ਸੱਬੇ ਕਬਰ ਆਉਣ ਲੱਗੇ ਜੀ ਨੇ ਜੋਧ ਪਗਾਣੀ ਦਾ ਜਿੱਤ ਕੀਤੇ ਨਾਰਾ ਫਤੇ ਦਾ ਦਿੱਤਾ ਉਚਾਰ ਹੈ ਜੀ ਉਸ ਸ਼ਾਹ ਅਸਵਾਰ ਜਰਣਾ ਲ ਤਾਈ ਹੱਥ ਜੋੜ ਕੇ ਸਾਡੀ ਨਾਮ ਸ਼ਕਾਰ ਹੈ ਜੀ ਸੰਤਿਓਂ ਬਾਰਨੇ ਦੁਸ਼ਟ ਸੰਗਾਰਨੇ ਦਾ ਵੇਦਾ ਪੂਰਾ ਯਕਾਨ ਦਾ ਕਰਨ ਦੇ ਲਈ ਦੱਬੇ ਕੁਚਲੇ ਲਤਾੜਿਆਂ ਵਿੱਚ ਲੋਕਾਂ ਦੱਬੇ ਕੁਚਲੇ ਲਤਾੜਿਆਂ ਵਿੱਚ ਲੋਕਾਂ ਗੈਰਤ ਅਣਖ ਧਿਆਣ ਨੂੰ ਪਰਣਾ ਦੇ ਲਈ ਜੀਨੇ ਜੂੜਾ ਗੁਲਾਮੀ ਦਾ ਲਾਉਣ ਦੇ ਲਈ ਜੈ ਜ ਚੁੱਕਣੀ ਕਿ ਹੱਤ ਤਲਵਾਰ ਹੈ ਜੀ ਉਸ ਸ਼ਾਹਾਇਆ ਸਵਾਰ ਜਰਨੈਲ ਤਾਈਂ ਹੱਥ ਜੋੜ ਕੇ ਸਾਡੀ ਨਾਮਸ਼ਕਾਰ ਹੈ ਜੀ ਜੱਟ ਨਾਹੀ ਤੇ ਖਤਰੀ ਚੌਰ ਸ਼ਿੰਬੇ ਚੌਰ ਸ਼ਿੰਬੇ ਹਾਂਜੀ ਚੌਰ ਸ਼ਿੰਬੇ ਜੱਟ ਨਾਹੀ ਤੇ ਖਤਰੀ ਚੌਰ ਸ਼ਿੰਬੇ ਸਾਈਂ ਕੋਈ ਬਾਟੇ ਸ਼ਿਕਾਇਆ ਜੀਨੇ ਅਮਰਤ ਪਿਆਲ ਕੇ ਗਿੱਦੜੋਂ ਸ਼ੇਰ ਕੀਤੇ ਬਾਜ ਚਿੜੀਆਂ ਦੇ ਕੋਲੋਂ ਤੜਵਾਇਆ ਜੀਨੇ ਕੰਗਾ ਕੜਾਕ ਸ਼ਹਿਰਾ ਕਿਰਪਾਣ ਦੇ ਕੇ ਕੰਗਾ ਕੜਾਕ ਸ਼ਹਿਰਾ ਕਿਰਪਾਣ ਦੇ ਕੇ ਬਖਸ਼ੀ ਖਾਲਸੇ ਤਾਈ ਦਸਤਾਰ ਹੈ ਜੀ ਉਸ ਸ਼ਾਹ ਅਸਵਾਰ ਜਰਣਾਲ ਤਾਈ ਹੱਥ ਜੋੜ ਕੇ ਸਾਡੀ ਨਾਮ ਸ਼ਕਾਰ ਹੈ ਜੀ ਅਨੰਦ ਪਰ ਚਮਕੌਰ ਦੇ ਜੰਗ ਲੜ ਕੇ ਕਿਹੜਾ ਦੱਸੀਏ ਕਸ਼ਟ ਸਹਾਰਿਆ ਨਾ ਜੀ ਦਾ ਵਿਛੜ ਗਿਆ ਯਾਰ ਪਰਵਾਰ ਸਾਰਾ ਪਾਰ ਫੇਰ ਵੀ ਹੌਸਲਾ ਹਾਰਿਆ ਨਾ ਢੋੜਾ ਜੋੜਾ ਤੇ ਬਾਜ ਨਾ ਤਾਜ ਸਿਰ ਤੇ ਗੱਲਾਂ ਫੇਰ ਵੀ ਨਾਲ ਕਰਤਾਰ ਹੈ ਜੀ ਉਸ ਸ਼ਾਹ ਆ ਸਵਾਰ ਜਰਨੈਲ ਤਾਈ ਹੱਥ ਜੋੜ ਕੇ ਸਾਡੀ ਨਾਮ ਸ਼ਿਕਾਰ ਹੈ ਜੀ ਜੀ ਨੇ ਲਿਖੀ ਔਰੰਗੇ ਨੂੰ ਜਫਰਨਾਮਾ ਜੀਨੇ ਲੇਖੇ ਔਰੰਗੇ ਨੂੰ ਜਫਰਨਾਮਾ ਜੰਗ ਲੜਿਆ ਖਿਦਰਾਣੇ ਦੀ ਟਾਬ ਜਾਕੇ ਕਾਣਾ ਦੰਤ ਬਠਿੰਡਿਓ ਕੱਢ ਕੇ ਤੇ ਦਮ ਮਾਰਿਆ ਦਮਦਮਾ ਸਾਹਬ ਜਾਕੇ ਕੰਸੀ ਗੁਰੂ ਤਲਵੰਡੀ ਨੂੰ ਵਾਰ ਦੇਕੇ ਦਿੱਤਾ ਦल्ले ਦਾ ਤੋੜ ਹੰਕਾਰ ਹੈ ਜੀ ਓਸਾ ਸ਼ਹਾਯਾ ਸਵਾਰ ਜਨੜਾ ਲਤਾਈ ਹੱਥ ਜੋੜ ਕੇ ਸਾਡੀ ਨਾਮ ਸ਼ਿਕਾਰ ਹੈ ਜੀ ਭਦਰ ਸ਼ਾਨ ਅਲ ਦਿੱਲੀਓਂ ਕੂਝ ਕਰਕੇ ਪਹੁੰਚਾ ਦੱਖਣ ਦੇ ਵਿੱਚ ਨੰਢੇੜ ਜਾ ਕੇ ਦੇ ਕੇ ਥਾਪੜਾ ਬੰਦੇ ਨੂੰ ਕਿਆ ਜੀਨੇ ਦੇ ਕੇ ਥਾਪੜਾ ਬੰਦੇ ਨੂੰ ਕਿਆ ਜੀਨੇ ਜਾ ਤੂੰ ਭੀੜੇ ਪੰਜਾਬ ਵਿੱਚ ਭੇੜ ਜਾ ਕੇ ਪਹੁੰਚ ਤਖਤ ਹੈ ਜੂਰ ਜੀ ਸਾਹਿਬ ਜਿਹੜੀ ਜੋਤ ਰਲ ਗਈ ਨਾਲ ਰੰਕਾਰ ਹੈ ਜੀ ਉਸ ਸ਼ਹਾਯਾ ਸਵਾਰ ਜਰਣ ਲਤਾਈ ਹੱਥ ਜੋੜ ਕੇ ਸਾਡੀ ਨਾਮ ਸ਼ਕਾਰ ਹੈ ਜੀ ਅਕਾਲ ਪੁਰਖ ਦੇ ਦਾਸ ਦਸ਼ਮੇਸ਼ ਗੁਰਜੀ ਤੇਰੀ ਰਹਿਮਤ ਲੋਕਾਈ ਤੇ ਵਾਰਾ ਦੀ ਰਹਿ ਵਿੱਚ ਭਰੇ دیਵਾਨਾਂ ਦੇ ਖੜ ਟਿਕੜੀ ਤੇਰੇ ਜਸ ਦੀ ਕੀਰਤੀ ਕਰਦੀ ਰਹੇ ਭਾਗਾਂ ਵਾਲਿਓ ਲੋਕ ਗਰਮੇਲ ਜਿਹੜੇ ਉਹਦਾ ਮਾਣ ਦੇ ਨਿੱਘ ਪਿਆਰ ਹੈ ਜੀ ਉਸ ਸ਼ਾਹ ਅਸਵਾਰ ਜਰਨੈਲ ਤਾਈਂ ਹੱਥ ਜੋੜ ਕੇ ਸਾਡੀ ਨਮਸਕਾਰ ਹੈ ਜੀ ਹੱਥ ਜੋੜ ਕੇ ਸਾਡੀ ਨਮਸਕਾਰ ਹੈ ਜੀ ਹੱਥ ਜੋੜ ਕੇ ਸਾਡੀ ਨਮਸਕਾਰ ਹੈ ਜੀ ਆਓ ਸਿਸ਼ਾ ਅਸਵਾਰ ਜਰਨੈਲ ਤਾਈਂ ਹੱਥ ਜੋੜ ਕੇ ਸਾਡੀ ਨਮਸਕਾਰ ਹੈ ਜੀ ਆਓ ਚਵਰ ਛਤਰ ਤਖਤ ਦੇ ਮਾਲਕ ਜੁੱਗੋ ਜੁੱਗ ਅਟੱਲ ਸਤਿਗੁਰੂ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਜੁੜ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਸਾਰੀ ਗੁਰ ਸੰਗਤ ਪ੍ਰੇਮ ਪਿਆਰ ਨਾਲ ਸਤ ਗੁਰਾਂ ਦੀ ਬਖਸ਼ਿਸ਼ ਫਤਿਹ ਗਜਾਓ ਰੋਡਿਆਂ ਵਾਲੇ ਕਵੀ ਸ੍ਰੀ ਜੱਥੇ ਨੂੰ ਬੋਲਣ ਦੀ ਪ੍ਰਵਾਨਗੀ ਤੇ ਅਸੀਸ ਬਖਸ਼ੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗਾਂ ਵਾਲੇ ਹੋ ਪਾਗਾਂ ਵਾਲੀਆਂ ਉਸਕ ਸੰਗਤਾਂ ਇਲਾਕੇ ਦੀਆਂ ਜਿਨ੍ਹਾਂ ਨੇ ਪਰਸਰੋਜ ਤੋਂ ਲੈ ਕਰਕੇ ਤਨ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਲਾਹੀ ਦਰਗਾਹੀ ਬਾਣੀ ਰੱਬੀ ਬਾਣੀ ਅਕਾਲੀ ਬਾਣੀ ਤੁਰਕੀ ਬਾਣੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਖਾਲਸਾ ਦੀ ਬਾਣ ਦੇ ਵਿੱਚ ਪ੍ਰਾਰੰਭ ਕਰਵਾਏ ਸਨ ਸਤਗੁਰਾਂ ਦੀ ਕਿਰਪਾ ਦੁਆਰਾ ਭੋਗ ਪਾਏ ਆਓ ਪਿਆਰਿਓ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਅਦੁੱਤੀ ਸ਼ਹਾਦਤ ਨੂੰ ਮਹਾਨ ਕੁਰਬਾਨੀ ਨੂੰ ਪੂਰੀ ਦੁਨੀਆ ਦੇ ਵਿੱਚ ਸਿੱਖ ਸੰਗਤਾਂ ਸਜਦਾ ਕਰ ਰਹੀਆਂ ਡੰਡੋਤ ਕਰ ਰਹੀਆਂ ਨਮਸ਼ਕਾਰਾਂ ਕਰ ਰਹੀਆਂ ਯਾਦ ਕਰ ਰਹੀਆਂ ਦਾਸ ਵੀ ਆਪਣੇ ਕਵੀਸ਼ਰੀ ਜੱਥੇ ਵੱਲੋਂ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਉਸ ਮਹਾਨ ਕੁਰਬਾਨੀ ਨੂੰ ਸਿਰ ਝਕਾਉਂਦਾ ਹੈ ਡੰਡਉਤ ਕਰਦਾ ਹੈ ਨਮਸ਼ਕਾਰ ਕਰਦੇ ਆਂ ਕੋਟਨ ਕੋਟ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਮੇਹਰਾਂ ਕਰਨ ਆਓ ਗੁਰੂ ਕੇ ਇਤਿਹਾਸ ਵਿੱਚੋਂ ਕੁਝ ਕਹਿਣ ਤੋਂ ਪਹਿਲਾਂ ਵੱਡੇ ਵੀਰ ਬਾਈ ਜਸਵੰਤ ਸਿੰਘ ਜੀ ਸੇਖਾ ਕਲਾ ਵਾਲੇ ਸਾਡੇ ਗਵੰਢੀ ਨਗਰਾਂ ਤੋਂ ਉਹਨਾਂ ਵੱਲੋਂ 100 ਡਾਲਰ ਬਾਣ ਆਇਆ ਸਾਡੇ ਵੱਡੇ ਵੀਰ ਬਾਈ ਗੁਰਵਿੰਦਰ ਸਿੰਘ ਜੀ ਗੋਰਾ ਜੀ ਢੋਲੀ ਭਾਈ ਵਾਲੇ ਮੇਰੇ ਸਾਥੀ ਭਾਈ ਅਮਰਜੀਤ ਸਿੰਘ ਜੀ ਮੱਧ ਕੀ ਢੋਲੀ ਭਾਈ ਵਾਲੇ ਇਹਨਾਂ ਦੇ ਨਗਰ ਤੋਂ ਉਹਨਾਂ ਵੱਲੋਂ ਵੀ 100 ਡਾਲਰ ਪਿਆਰ ਭੇਜਿਆ ਗਿਆ ਹੋਰ ਭੈਣਾ ਵੱਲੋਂ ਮਤਾਮਾ ਵੱਲੋਂ ਬਜ਼ੁਰਗਾਂ ਵੱਲੋਂ ਅਸੀਸ ਆਈ ਆ ਸਭ ਦਾ ਤਹਿ ਦਿਲੋਂ ਧੰਨਵਾਦ ਆਓ ਸਮਾਂ ਕਦੇ ਕਿਸੇ ਨਾਲ ਲਿਹਾਜ਼ ਨਹੀਂ ਕਰਦਾ ਅੱਜ ਥੋੜੀ ਜੀ ਸਮੇਂ ਦੀ ਘਟौती ਵੀ ਆ 10 ਕਿ ਮਿੰਟ ਸਾਡੇ ਬਾਕੀ ਰਹਿ ਗਏ ਮੈਂ ਕੋਸ਼ਿਸ਼ ਕਰਾਂ ਗੱਲਾਂ ਘੱਟ ਤੇ ਕਵਤਾਂ ਦੀ ਸਾਂਝ ਪਾਉਣ ਦਾ ਯਤਰ ਕਰੀਏ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਰਾਜਮਾਨ ਹੈ ਕਸ਼ਮੀਰ ਦੀ ਧਰਤੀ ਤੋਂ ਕਿਰਪਾ ਰਾਮ ਪੰਡਤ ਦੀ ਅਗਵਾਹੀ ਦੇ ਵਿੱਚ ਇੱਕ ਵਫ਼ਦ ਚੱਲਿਆ ਕਿੱਧਰ ਨੂੰ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਨੂੰ ਅਨੰਦਪੁਰ ਸਾਹਿਬ ਵੱਲ ਕਿਉਂ ਚੱਲਿਆ ਆਉਣ ਦਾ ਕੀ ਕਾਰਨ ਕਿਉਂਕਿ ਦਿੱਲੀ ਦੇ ਤਖਤ ਦੇ ਉੱਤੇ ਔਰੰਗਜ਼ੇਬ ਬਾਦਸ਼ਾਹ ਕਾਬਜ਼ ਹੋ ਗਿਆ ਹੈ ਜਿਨੇ ਆਪਣੇ ਪਿਤਾ ਨੂੰ ਬੰਦੀ ਬਣਾ ਕੇ ਕੈਦ ਕਰ ਲਿਆ ਆਪਣੇ ਭਰਾਵਾਂ ਨੂੰ ਕੈਦ ਕਰ ਲਿਆ ਆਪਣੀ ਭੈਣ ਦਾ ਕਾਤਲ ਆਪਣੇ ਭਰਾਵਾਂ ਦਾ ਕਾਤਲ ਆਪਣੇ ਬਾਪ ਦਾ ਕਾਤਲ ਪਿਆਰ ਵਾਲਿਓ ਜਿਹੜਾ ਆਪਣੇ ਪਰਿਵਾਰ ਦਾ ਆਪਣੇ ਖੂਨ ਦਾ ਨਹੀਂ ਸਕਾ ਬਣ ਸਕਦਾ ਹਮਦਰਦੀ ਕਰਦਾ ਆਪਣੇ ਪਰਿਵਾਰ ਨਾਲ ਉਹ ਤੋਂ ਕੋਈ ਦੂਜਾ ਧਰਮ ਹਮਦਰਦੀ ਦੀ ਆਸ ਰੱਖੇ ਇਹ ਪਿਆਰ ਵਾਲਿਓ ਬਹੁਤ ਉਸ ਦੀ ਸੋਚਣੀ ਗਲਤ ਹੈ ਕਿਉਂਕਿ ਔਰੰਗਜ਼ੇਬ ਬਾਦਸ਼ਾਹ ਨੇ ਤਖਤ ਤੇ ਬੈਠਦਿਆਂ ਆਪਣੇ ਮਨ ਦੇ ਨਾਲ ਫੈਸਲਾ ਕੀਤਾ ਮੈਂ ਪੂਰੀ ਦੁਨੀਆ ਦੇ ਉੱਤੇ ਕੇਵਲ ਤੇ ਕੇਵਲ ਇੱਕੋ ਇਸਲਾਮ ਦੇਖਣਾ ਚਾਹਣਾ ਹੈ ਇਸਲਾਮ ਦਾ ਝੰਡਾ ਲਹਿਰਾਉਣਾ ਚਾਹਣਾ ਹੈ ਇਹਨੇ ਕਸ਼ਮੀਰ ਦਾ ਸੂਪੇਦਾਰ ਆਪਣੇ ਸਾਡੂ ਸ਼ੇਰ ਮੁਹੰਮਦ ਖਾਨ ਨੂੰ ਥਾਪ ਕੇ ਡਿਊਟੀ ਲਈ ਜਿੰਨਾ ਵੀ ਜ਼ੁਲਮ ਹੁੰਦਾ ਜੋ ਵੀ ਚਾਰਾ ਚੱਲਦਾ ਜੋ ਅਤਿਆਚਾਰ ਕਰਨੇ ਕਰੋ ਪਰ ਮੈਨੂੰ ਇਸਲਾਮ ਤੋਂ ਬਿਨਾਂ ਕੋਈ ਦੁਨੀਆ ਦੇ ਉੱਤੇ ਦੂਸਰਾ ਮਜਬ ਧਰਮ ਨਜ਼ਰ ਨਹੀਂ ਆਉਣਾ ਚਾਹੀਦਾ ਅਤਿਆਚਾਰ ਹੋਣ ਲੱਗੇ ਜ਼ੁਲਮ ਹੋਣ ਲੱਗੇ ਮੰਦਰ ਢਾਏ ਜਾ ਰਹੇ ਆ ਮਸਜਿਦਾਂ ਉਹ ਸਾਰੀਆਂ ਜਾ ਰਹੀਆਂ ਹੈ ਔਰ ਪਿਆਰ ਵਾਲੇ ਧੱਕੇ ਦੇ ਨਾਲ ਟਿੱਕਾ ਬੋਦੀ ਧੋਤੀ ਜਨੇਊ ਖਤਮ ਕੀਤਾ ਜਾ ਰਿਹਾ ਹੈ ਤੇ ਇੱਕ ਕਸ਼ਮੀਰੀ ਪੰਡਤ ਗੁਰਨਾਨਕ ਦੇ ਘਰ ਦਾ ਆਸਰਾ ਲੈ ਕੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆ ਕੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਜਿਆ ਹੋਇਆ ਦਰਬਾਰ ਨੌਵੇਂ ਹਜੂਰ ਤਖਤ ਤੇ ਬਰਾਜਮਾਨ ਹੈ ਪਿਆਰ ਵਾਲੇ ਮੁੱਖ ਚਕਾਸ ਲੈ ਕੇ ਗਲ ਪੱਲੂ ਪਾ ਕੇ ਮਰਝਾਏ ਹੋਏ ਚਿਹਰੇ ਥੜਕਦੀਆਂ ਹੋਈਆਂ ਲੱਤਾਂ ਨਾਲ ਜਿਵੇਂ ਪਿਆਰ ਵਾਲੇ ਦੋਵੇਂ ਹੱਥ ਜੋੜ ਕੇ ਨੌਵੇਂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਇੱਕ ਕਸ਼ਮੀਰੀ ਪੰਡਤ ਬੇਨਤੀ ਕਰਦੇ ਆ ਹਜੂਰ ਤੁਹਾਡੇ ਤੋਂ ਬਿਨਾ ਦੁਨੀਆ ਤੇ ਸਾਡਾ ਆਸਰਾ ਤੇ ਸਹਾਰਾ ਕੋਈ ਨਹੀਂ ਸਾਡਾ ਧਰਮ ਬਚਾ ਲਓ ਸਾਡੇ ਧਰਮ ਨੂੰ ਜੇ ਰੱਖ ਸਕਦੇ ਆ ਤਾਂ ਕੇਵਲ ਤੁਸੀਂ ਰੱਖ ਸਕਦੇ ਹੋ ਇੱਕ ਕਸ਼ਮੀਰੀ ਪੰਡਤ ਕਿਰਪਾ ਰਾਮ ਦੀ ਅਗਵਾਹੀ ਚ ਬੇਨਤੀ ਨਵੇਂ ਪਾਤਸ਼ਾਹ ਦੇ ਚਰਨਾਂ ਚ ਦੇਖਾਂ ਭੱਲਾ ਏ ਕਿਉਂ ਕਰ ਰਹੇ ਦੁਨੀਆ ਤੇ ਫਿਰ ਗੀਆਰੀ ਰੰਗੇ ਦੇ ਨਾਮ ਦੀ ਖਾ ਕੇ ਤੇ ਕਸਮ ਚੱਕ ਲਈ ਖੜੰਗ ਕਤਲਾ ਮਦੀ ਜ਼ਾਲਮ ਕਰਨ ਆਤਨਕੀ ਦੀਨੇ ਸਲਾਮਦੀ ਸਾਧੂ ਜਨ ਗਉ ਬ੍ਰਹਮਣਾ ਡੁੱਬੇ ਵਿੱਚ ਨੀਰ ਦੇ ਸਤ ਗੁਰ ਨੂੰ ਕਰਨ ਬੇਣਤੀ ਪੰਡਤ ਕਸ਼ਮੀਰ ਦੇ ਸਤ ਗੁਰ ਨੂੰ ਕਰਨ ਬੇਣਤੀ ਜਿਨ੍ਹਾਂ ਨੂੰ ਪੂਜੇ ਦੁਨੀਆਂ ਮੰਦਰ ਟਹਾਤੇ ਨੇ ਕੀਤੇ ਨੇ ਕਹਿਦ ਪੁਜਾਰੀ ਕਲਮੇ ਪੜਾਤੇ ਨੇ ਜੰਨੂ ਤੇ ਟਿੱਕਾ ਧੋਤੀ ਰੇਤ ਰੜਾਤੇ ਨੇ ਅਗੇ ਹਾਂ ਸ਼ਰਨਤੁ ਮਹਾਰੀ ਮਾਰੇ ਤਕਦੀਰ ਦੇ ਸਤਗੁਰ ਨੂੰ ਕਰਨ ਬੇਨਤੀ ਪੰਡਤ ਕਸ਼ਮੀਰ ਦੇ ਸਤ ਗੁਰੂ ਨੂੰ ਅਰਜਾ ਕਰਦੇ ਹੋ ਦੇਵੀ ਜਾਂ ਚੜੀ ਪਹਾੜੀ ਹੋਈ ਸਹਾਈ ਨਾ ਕੀਤੇ ਸੀ ਹਵਣ ਬਥੇਰੇ ਪ੍ਰਗਟ ਹੋ ਆਈ ਨਾ ਸ਼ਿਵ ਜੀ ਦੇ ਪੜੇ ਸਰੋ ਤਰਾ ਅੱਖੀ ਉਠਾਈ ਨਾ ਚਾੜੇ ਫੁੱਲ ਚਰਨ ਕਮਲ ਤੇ ਪੈਰੋਂ ਮਹਾਵੀਰ ਦੇ ਸਤਗੁਰ ਨੂੰ ਕਰਨ ਬੇਨਤੀ ਪੰਡਤ ਕਸ਼ਮੀਰ ਦੇ ਸਤਗੁਰ ਨੂੰ ਅਰਜਾ ਕਰ ਦੇ ਜੰਮਿਆ ਕੋਈ ਪਰਸ ਰਾਮਣਾ ਚੁੱਕੇ ਕੋਹਾੜਾ ਜੀ ਮੁਗਲਾਂ ਦੇ ਸੀਸ ਉਡਾਵੇ ਡੋਲੇ ਰਤ ਗਾੜਾ ਜੀ ਲੇਖੇਲਾ ਸੀਸ ਧਰਮ ਦੇ ਮੇਟ ਦੇ ਪਾੜਾ ਜੀ ਪੂਜੂਗੀ ਚਰਨ ਜਹਾਨੀ ਨੂਰੀ ਤਸਵੀਰ ਦੇ ਸਤਗੁਰ ਨੂੰ ਕਰਨ ਬੇਨਤੀ ਪੰਡਿਤ ਕਸ਼ਮੀਰ ਦੇ ਆਕੇ ਤੇ ਅਰਜਾ ਕਰਦੇ ਹੋ ਹਿੰਦੂਆਂ ਦੀ ਕੋਲ ਜਨਾਨੀ ਕੀਤੀ ਮજબੂਰ ਜੀ ਸਿੱਖਾਂ ਦੇ ਸਿਰਾਂ ਦੀ ਕੀਮਤ ਪਾਉਂਦੇ ਹਜੂਰ ਜੀ Hindu ਤੇ Moman ਕਰਦੇ ਇਹਨੇ ਮਨਜੂਰ ਨਹੀਂ ਮੌਤ ਦੇ ਕਾਢਿ ਉਤਾਰੇ ਨਾਲ ਸ਼ਮਸ਼ੀਰ ਦੇ ਸਤਗੁਰ ਨੂੰ ਕਹਿਣ ਬੇਨਤੀ ਪੰਡਿਤ ਕਸ਼ਮੀਰ ਦੇ ਸਤਗੁਰ ਨੂੰ ਅਰਜਾ ਕਰਦੇ ਆਈ ਆਵਾਜ਼ ਕੁਦਰਤੀ ਆਨੰਦ ਪਰਵਲ ਜਾਵੋ ਜੀ ਨਾਮੇ ਗੁਰੂ ਬੈਠੇ ਉੱਥੇ ਦੁੱਖੜੇ ਸੁਣਾਵੋ ਜੀ ਡੁੱਬਦਾ ਹਿੰਦ ਵਹਿਣਾ ਧਰਮ ਦਾ ਬੇੜਾ ਬਚਾਵੋ ਜੀ ਚਰਣਾ ਵਿਚ ਟਹਿਗੇ ਬਿਪਰਾ ਪੀਰਾਂ ਦੇ ਪੀਰ ਦੇ ਸਤਿਗੁਰੂ ਕਰਨ ਬੇਣਤੀ ਪੰਡਿਤ ਕਸ਼ਮੀਰ ਦੇ ਆਕੇ ਤੇ ਅਰਜਾ ਕਰਦੇ ਭਈ ਆਇਓ ਦੁਨੀਆਂ ਅੰਦਰ ਆਇਓ ਦੁਨੀਆਂ ਅੰਦਰ ਦੁਨੀਆਂ ਦੇ ਕਾਦਰ ਤੂੰ ਜੋਰਾ ਸਿੰਘ ਕਹੇ ਮੁਸਾਫਰਾ ਹਿੰਦ ਦੀ ਚਾਦਰ ਤੋਂ ਦੁਨੀਆਂ ਦੇ ਮਾਲਕ ਸਤਗੁਰਾਂ ਤੇਗ ਬਹਾਦਰ ਤੂੰ ਫੜ ਲੈ ਤੂੰ ਚਰਨ ਸੱਜਣਾ ਓਏ ਫੜ ਲੈ ਤੂੰ ਚਰਨ ਸੱਜਣਾ ਗੈਰ ਗੰਭੀਰ ਦੇ ਸਤਗੁਰ ਨੂੰ ਕਰਨ ਬੇਨਤੀ ਪੰਡਤ ਕਸ਼ਮੀਰ ਦੇ ਸਤਗੁਰ ਨੂੰ ਕਰਨ ਬਣਦੀਂ ਦੁਖਿਆਰੇ ਹਿੰਦੂਆਂ ਨੇ ਕਿਰਪਾ ਰਾਮ ਪੰਡਤ ਦੀ ਅਗਵਾਹੀ ਦੇ ਵਿੱਚ ਵੰਜਲਾਂ ਤੈਅ ਕਰਕੇ ਆਨੰਦਪੁਰ ਸਾਹਿਬ ਨਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਡੰਡੌਤ ਕਰਕੇ ਆਪਣਾ ਦੁੱਖ ਬਿਆਨ ਕਰਤਾ ਹਜੂਰ ਬੜੇ ਅਸੀਂ ਨੱਕ ਰਗੜੇ ਬੰਦਰਾ 'ਚ ਜਾ ਕੇ ਕੋਈ ਦੇਵੀ ਪ੍ਰਗਟ ਨਹੀਂ ਹੋਈ ਕੋਈ ਦੇਵਤਾ ਪ੍ਰਗਟ ਨਹੀਂ ਹੋਇਆ ਕੋਈ ਸਾਡੀ ਸਹਾਇਤਾ ਵਾਸਤੇ ਤੀਸਰਾ ਨੇਤਰ ਆਪਣਾ ਸ਼ਿਵਜੀ ਨੇ ਨਹੀਂ ਖੁੱਲਿਆ ਬੜੇ ਭੈਰੋ ਦੇ ਅਸੀਂ ਜਾ ਕੇ ਤਰਲੇ ਕੀਤੇ ਪਰ ਕੋਈ ਦੇਵ ਦੇਵੀ ਦੇਵਤਾ ਅੱਜ ਸਹਾਈ ਨਹੀਂ ਹੋ ਰਿਹਾ ਸਾਨੂੰ ਇਹ ਅਨੁਭਵ ਹੋਇਆ ਸਾਨੂੰ ਇਹ ਅਹਿਲਾਮ ਹੋਇਆ ਸਾਨੂੰ ਇਹ ਆਵਾਜ਼ ਆਈ ਸਾਡੇ ਅੰਦਰੋਂ ਇਹ ਫੁਰਨੇ ਫਰੇ ਕਿ ਜੇ ਤੁਹਾਡਾ ਧਰਮ ਬਚਾ ਸਕਦਾ ਦੁਖੀ ਲੋਕੋ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਘਰ ਬਚਾ ਸਕਦਾ ਗੁਰੂ ਨਾਨਕ ਦੀ ਜੋਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਨੌਵਾਂ ਜਾਮਾ आनंदपुर साहिब दी धरती ते नौवें नानक गुरु तेग बहादुर पादशाह विराजमान है। ਉਹਨਾਂ ਕੋਲੇ ਜਾ ਕੇ ਆਪਣਾ ਦੁੱਖ ਰੋਵੋ। ਜੇ ਉਹਨਾਂ ਨੇ ਤੁਹਾਡੀ ਬਾਹ ਫੜ ਲਈ ਤੇ ਤੁਹਾਡਾ ਸਹਾਰਾ ਬਣ ਕੇ ਤੁਹਾਡਾ ਧਰਮ ਬਚ ਜਾਵੇਗਾ। ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਕਾਲਾ ਸਿੰਘ ਜੀ ਸਰਾਮਾਂ ਵਾਲੇ ਉਹਨਾਂ ਵੱਲੋਂ ਵੀ ਪਿਆਰ ਭੇਜਿਆ ਗਿਆ ਹੋਰ ਸੰਗਤਾਂ ਵੱਲੋਂ ਆਇਆ ਮੈਂ ਸਭ ਦਾ तहे ਦਿਲੋਂ ਧੰਨਵਾਦ ਕਰਦਾ ਲੋ ਤਵੱਜੋ ਦਿਓ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਗੌਰ ਦੇ ਨਾਲ ਧਿਆਨ ਦੇ ਨਾਲ ਸੁਣੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇਤਰਮੁੰਦ ਕੇ ਪਿਆਰ ਵੱਲ ਇਹ ਸੋਚਣ ਲੱਗੇ ਇਹਨਾਂ ਦਾ ਧਰਮ ਕਿਵੇਂ ਬਚਾਇਆ ਜਾ ਸਕਦਾ ਕੀ ਹੱਲ ਕੱਢਿਆ ਜਾਵੇ ਕੀ ਪਿਆਉਂਤ ਬੰਨਤ ਬਣਾਈ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਗੰਭੀਰ ਬੈਠੇ ਆ ਇੰਨੇ ਚਿਰ ਨੂੰ ਬਾਹਰੋਂ ਖੇਡਦੇ ਆਏ ਬਾਲਾ ਪ੍ਰੀਤਮ ਗੋਬਿੰਦ ਰਾਏ ਪੌਣੇ 1.9 ਸਾਲ ਦੀ ਆਜੂ ਹੈ ਆ ਕੇ ਹਜੂਰ ਪਾਤਸ਼ਾਹ ਨੂੰ ਨਮਸ਼ਕਾਰ ਕਰਕੇ ਮੇਰੇ ਗੁਰਦੇਵ ਪਾਤਸ਼ਾਹ ਦੀ ਗੋਦ ਦੇ ਵਿੱਚ ਬੈਠ ਗਏ ਪੁੱਛਣ ਲੱਗੇ ਪਿਤਾ ਸਤਿਗੁਰੂ ਜੀਓ ਇਹ ਲੋਕ ਕੌਣ ਹੈ ਜਿਨ੍ਹਾਂ ਦੇ ਮਸਤਕ ਦੇ ਉੱਪਰ ਵੱਡੇ ਵੱਡੇ ਟਿੱਕੇ ਲਾਏ ਹੋਏ ਆ ਔਰ ਜਿਨ੍ਹਾਂ ਦੇ ਸਿਰਾਂ ਤੇ ਬੋਦੇ ਛੱਡੇ ਹੋਏ ਆ ਜਿਨ੍ਹਾਂ ਦੇ ਮੁੱਖ ਦੇ ਵਿੱਚ ਘਾਸ ਲਿਆ ਹੋਇਆ ਜਿਨ੍ਹਾਂ ਦੇ ਚਿਹਰੇ ਮੁਰਝਾਏ ਹੋਏ ਆ ਲੱਤਾਂ ਥੜਕ ਰਹੀਆਂ ਇਉਂ ਲੱਗਦਾ ਹੈ ਬਿਪਤਾ ਦੇ ਵਿੱਚ ਗਹਿਰੇ ਦੁੱਖ ਦੇ ਵਿੱਚ ਹੈ ਕਪੜਾਏ ਹੋਏ ਇਹ ਹੱਥ ਜੋੜ ਕੇ ਰਜੋਈਆਂ ਕੀ ਕਰ ਰਹੇ ਤੁਹਾਡੇ ਪਾਵਨ ਚਰਨਾਂ 'ਚ ਹਜ਼ੂਰ ਪਾਤਸ਼ਾਹ ਕਹਿੰਦੇ ਪੁੱਤਰ ਗੋਬਿੰਦਰ ਆਏ ਇਹ ਕਸ਼ਮੀਰ ਦੀ ਧਰਤੀ ਤੋਂ ਆਏ ਵਿਦਵਾਨ ਪੰਡਿਤ ਲੋਕ ਹੈ ਇਨਾਂ ਦੇ ਧਰਮ ਨੂੰ ਖਤਰਾ ਬਣਿਆ ਹੋਇਆ ਦਿੱਲੀ ਦਾ ਬਾਦਸ਼ਾਹ ਰੰਗ ਜੇਬ ਧੱਕੇ ਨਾਲ ਇਹਨਾਂ ਦਾ ਧਰਮ ਨਸ਼ਟ ਕਰ ਰਿਹਾ ਹੈ ਪਿਤਾ ਜੀ ਇਹਨਾਂ ਦਾ ਧਰਮ ਬਚ ਸਕਦਾ ਹਜ਼ੂਰ ਬਾਦਸ਼ਾਹ ਗੋਦ ਲੈ ਕੇ ਆਪਣੇ ਲਾਲ ਨੂੰ ਕਹਿਣ ਲੱਗੇ ਹਾਂ ਪੁੱਤਰ ਧਰਮ ਤਾਂ ਬਚ ਸਕਦਾ ਪਰ ਕਮਾਈ ਵਾਲੀ ਕੋਈ ਪਵਿੱਤਰ ਆਤਮਾ ਸਤਪੁਰਸ਼ ਪੂਰਨ ਮਹਾਤਮਾ ਇਨਾਂ ਦਾ ਧਰਮ ਬਚਾਉਣ ਵਾਸਤੇ ਆਪਣਾ ਪਵਿੱਤਰ ਖੂਨ ਡੋਲੇ ਆਪਣਾ ਸਿਰ ਸ਼ਰਬਾਨ ਕਰੇ ਤਾਂ ਇਹਨਾਂ ਦਾ ਧਰਮ ਬਚਾਇਆ ਜਾ ਸਕਦਾ ਹੈ ਵੇਖੋ ਇੱਕ ਬਾਲਕ ਅਵਸਥਾ ਦੇ ਵਿੱਚ ਬਾਲਾ ਪ੍ਰੀਤਮ ਗੋਵਿੰਦਰਾਏ ਇੰਨੀ ਕੁ ਉਮਰ ਦੇ ਬਾਲਕ ਨੂੰ ਬੈਠਣਾ ਨਹੀਂ ਆਉਂਦਾ ਇੰਨੀ ਗੰਭੀਰ ਸੋਚ ਵਿਸ਼ਾਲ ਹਿਰਦਾ ਕਿੱਥੋਂ ਲੈ ਕੇ ਆਵੇਗਾ ਐਡਾ ਛੋਟਾ ਬੱਚਾ ਤਾਂ ਇਹ ਨਵੇਂ ਨਾਨਕ ਦੇ ਫਰਜ਼ੰਦ ਬਾਲਾ ਪ੍ਰੀਤਮ ਗੋਵਿੰਦਰਾਏ ਹੱਥ ਜੋੜ ਕੇ ਕਹਿੰਦੇ ਫਿਰ ਪਾਤਸ਼ਾ ਤੁਹਾਡੇ ਨਾਲੋਂ ਵੱਡੀ ਪਵਿੱਤਰ ਆਤਮਾ ਤੁਹਾਡੇ ਨਾਲੋਂ ਵੱਡੀ ਬੰਦਗੀ ਵਾਲੀ ਆਤਮਾ ਤੁਹਾਡੇ ਨਾਲੋਂ ਪਵਿੱਤਰ ਖੂਨ ਇਸ ਸਾਰ ਦੇ ਉੱਤੇ ਕੀ ਦਾ ਹੋ ਸਕਦਾ ਡੋਲ ਦਿਓ ਪਵਿੱਤਰ ਖੂਨ ਇਹਨਾਂ ਦੀ ਖਾਤਰ ਸਿਰ ਕਰ ਦਿਓ ਕੁਰਬਾਨ ਇਹਨਾਂ ਦੀ ਧਰਮ ਨੂੰ ਇਹਨਾਂ ਦੀ ਹਿੰਦਵੈਣ ਦੀ ਧਰਮ ਦੀ ਰਾਖੀ ਕਰਕੇ ਇਹਨਾਂ ਦਾ ਧਰਮ ਬਚਾ ਲਓ ਇਕ ਬਾਲਾ ਪ੍ਰੀਤਮ ਗੋਵਿੰਦਰ ਆਏ ਸਤਿਗੁਰੂ ਸੱਚੇ ਪਾਤਸ਼ਾਹ ਪਿਤਾ ਗੁਰਦੇਵ ਦੇ ਚਰਨਾਂ 'ਚ ਬੇਨਤੀ ਕਰਕੇ ਡੁੱਬਦੀ ਹਿੰਦ ਬਚਾਉਣ ਵਾਸਤੇ ਪਿਤਾ ਨੂੰ ਕਿਉਂ ਕਹਿ ਰਹੇ ਹੋ ਹੋ ਕਰਾਂ ਕੀ ਸਫਾਤਾ ਗੁਜਰੀ ਦਿਲਾਲ ਦੀ ਉਮਰ ਨਿਆਣੀ 8 9 ਕੋ ਸਾਲ ਦੀ ਉਹ ਸ਼ਬਦ ਅਲਾਹੀ ਉਮਾਰਾ ਨਿਦਾਨ ਜੀ ਰੱਖ ਲੋ ਧਰਮਾ ਦੇ ਕੇ ਸੀਸਦਾਨ ਜੀ ਕਾ ਕਿ ਸਫਤਾ ਕਰਾਂ ਕੀ ਸਫਾਤਾ ਗੁਜਰੀ ਦਿਲਾਲ ਦੀ ਉਮਰ ਨਿਆਣੀ 8 9 ਕੋ ਸਾਲ ਦੀ ਬਈ ਸ਼ਬਦ ਇਲਾਹੀ ਓ ਮਰਹ ਨਿਦਾਨ ਜੀ ਰੱਖ ਲੋ ਧਰਮ ਆ ਦੇ ਕੇ ਬਲੀਦਾਨ ਜੀ ਦੁਖੀ ਹੋ ਕੇ ਰੋਂਦੇ ਹਾਂ ਦੁਖੀ ਹੋ ਕੇ ਰੋਂਦੇ ਯਾਰੇ ਹੀ ਵਰਨ ਜੀ ਥੋਡੀ ਮਹਾਰਾਜ ਆਗੇ ਨੇ ਸ਼ਰਨਨ ਜੀ ਹੌਲੀ ਹੌਲੀ ਲੱਗੇ ਕਾਰਨ ਬਿਆਨ ਜੀ ਤੁਸੀਂ ਰੱਖ ਲੋ ਧਰਮਾ ਦੇਖ ਕੇ ਸੀਸਦਾਨ ਜੀ ਉਹ ਜਿਹੜਾ ਕੀਤਾ ਹੈ ਮਾ ਜਿਹੜਾ ਕੀਤਾ ਹੈ ਮਾ ਕੰਟਾ ਤੇ ਵਿਚਾਰ ਜੀ ਲੱਗੇ ਉਹੀ ਸੀਨਾ ਕਰਨ ਧਿਆਰ ਜੀ ਬਈ ਚੂਲਦੇ ਹੀ ਰਹਿਣੇ ਕੇਸਰੀ ਨਿਸ਼ਾਨ ਜੀ ਚੂਲਦੇ ਹੀ ਰਹਿਣੇ ਕੇ ਸਾਰੀ ਨਿਸ਼ਾਨ ਜੀ ਰੱਖ ਲੋ ਧਰਮਾ ਦੇ ਕੇ ਸੀਸ ਦਾਣ ਜੀ ਧੱਕੇ ਨਾਲ ਮੰਦਰਾ ਟੁਹਾਈ ਜਾਂਦੇ ਨੇ ਛਾਂਟ ਛਾਂਟ ਕੰਨਿਆਂ ਵਿਆਹੀ ਜਾਂਦੇ ਨੇ ਮਈਕ ਜੋਣੀ ਦੇ ਵਿੱਚ ਮੱਚ ਗਿਆ ਤਫਾਨ ਜੀ ਰਖ ਲੋ ਧਰਮਾ ਦੇ ਕੇ ਸੀਸ ਦਾਣ ਜੀ ਮਰੀ ਹੋਈ ਅਣਖ ਜਗਾਉਣੀ ਪੈ ਗਈ ਓ ਮਰੀ ਹੋਈ ਅਣਖ ਜਗਾਉਣੀ ਪੈ ਗਈ ਮੁੜ ਕੇ ਤੇ ਖੜਗ اٹھਾਉਣੀ ਪੈ ਗਈ ਮੈਂ ਖਾਲਸਾ ਸਜਾਂ ਕੜਾ ਕਿਰਪਾਨ ਜੀ ਮੈਂ ਖਾਲਸਾ ਸਜਾਉਣਾ ਕੜਾ ਕਿਰਪਾਨ ਜੀ ਰੱਖ ਲੋ ਧਰਮਾ ਦੇ ਕੇ ਬਲੀਦਾਨ ਜੀ ਗੀਤਾ ਭਗਵਤ ਦੇ ਗੀਤਾ ਭਗਵਤ ਦੇ ਓੜਾ ਤੇ ਬਾਜ ਜੀ ਪੰਡਤਾਂ ਨੂੰ ਲਾਤਾ ਪੜਨ ਨਮਾਜ਼ ਜੀ ਚਾਰੇ ਹੀ ਵਾਰਾਣਾ ਛੱਡ ਗਏ ਮદાન ਜੀ ਫਿਰ ਰਖ ਲੋ ਧਰਮ ਦੇ ਕੇ ਸੀਸ ਧਾਨ ਜੀ ਹੋ ਜੰਝੂ ਟਿੱਕਾ ਕਿ ਦੇਣਾ ਨਜ਼ਰ ਆਉਣਗੇ ਹਿੰਦੂ ਸਿੱਖ ਕੋਲਾ ਮੋਮਣ ਕਹੌਣਗੇ ਬਈ ਗੁਰਬਾਣੀ ਛਾਡਾ ਪੜਨਾ ਕੋ ਰਹਿਣ ਜੀ ਰੱਖ ਲੋ ਧਰਮ ਦੇ ਕੇ ਸੀਸ ਦਾਨ ਜੀ ਹੋ ਚਾਰੇ ਪਾਸੇ ਆਗਾ ਜ਼ੁਲਮਾਂ ਦੀ ਮੱਚਦੀ ਚਾਰੇ ਪਾਸੇ ਆਗ ਜੁਲਮਾਂ ਦੀ ਮੱਚਦੀ ਚੱਕਣੀ ਗੁਲਮੀ ਰੱਬੀ ਜੋਤ ਸੱਚ ਦੀ ਬਈ ਜੋਰੇ ਸਿੰਘਾਂ ਲੱਗੇ ਕਰਨ ਬਿਆਣ ਜੀ ਰੱਖ ਲੋ ਤਰਮਾ ਦੇ ਕੇ ਸੀਸ ਸਦਾਨ ਜੀ ਦਖਲੋ ਧਰਮ ਦੇ ਕੇ ਬਲੀਦਾਨ ਜੀ ਅੱਗੇ ਕੀ ਹੋਇਆ ਅੱਗੇ ਸਾਨੂੰ ਬਖਸ਼ਿਸ਼ ਕੀਤਾ ਹੋਇਆ ਸਮਸਬਤ ਹੋਇਆ ਇਸ ਤੋਂ ਅਗਲੀਆਂ ਵਿਚਾਰਾਂ ਅਗਲੇ ਦਿਵਾਨ ਦੇ ਵਿੱਚ ਆਪਾਂ ਕਵੀਸ਼ਰੀ ਵਿਚਾਰਾਂ ਰਹੀਂ ਸੰਝੀਆਂ ਕਰਾਂਗੇ ਬਾਕੀ ਪੂਰਿਆਂ ਦਾ ਜਸ ਕੋਈ ਅਧੂਰਾ ਪੂਰਨ ਤੌਰ ਤੇ ਬਿਆਨ ਹੀ ਨਹੀਂ ਕਰ ਸਕਦਾ ਆਓ ਆਉਣ ਵਾਲੇ ਜਥੇ ਦਾ ਆਪਾਂ ਕਰੀਏ ਸਤਕਾਰ ਸਾਰੀ ਸੰਗਤ ਪ੍ਰੇਮ ਪਿਆਰ ਨਾਲ ਰੋਡਿਆਂ ਵਾਲੇ ਕਵੀਸ਼ਰੀ ਜਥੇ ਦੀ ਬੁਲਾਈ ਫਤਿਹ ਪ੍ਰਵਾਨ ਕਰੋ ਅਸੀਸ ਬਖਸ਼ੋ ਗੱਜ ਕੇ ਆਖੋ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ